ਸਾਬਕਾ ਫੌਜੀ ਦੇ ਨਾਲ ਲੱਖਾਂ ਰੁਪਏ ਦੀ ਠੱਗੀ ਹੋਈ ਸੀ। ਸਾਈਬਰ ਠੱਗੀ ਦਾ ਸ਼ਿਕਾਰ ਹੋਇਆ ਸੀ ਸਾਬਕਾ ਫੌਜੀ ਅਤੇ ਠੱਗਾਂ ਨੇ 84 ਲੱਖ ਰੁਪਏ ਫੌਜੀ ਤੋਂ ਠੱਗੇ ਸਨ। ਤਦ ਖਬਰ ਪੰਚਕੂਲਾ ਤੋਂ ਸਾਹਮਣੇ ਆਈ ਸੀ ਬੀਤੇ ਦਿਨੀ, ਜਿੱਥੇ ਕਿ ਇੱਕ ਸਾਬਕਾ ਫੌਜੀ ਦੇ ਨਾਲ ਸਾਈਬਰ ਠੱਗੀ ਦੇ ਚੱਲਦਿਆਂ 84 ਲੱਖ ਰੁਪਏ ਦੀ ਠੱਗੀ ਕੀਤੀ ਗਈ ਸੀ, ਜਿਸ ਨੂੰ ਲੈ ਕੇ ਪੰਚਕੂਲਾ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਸੀ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ। ਪਰ ਹੁਣ ਉਸ ਮਾਮਲੇ ਦੇ ਤਾੜ ਸ੍ਰੀ ਮੁਕਤਸਰ ਸਾਹਿਬ ਨਾਲ ਜੁੜਦੇ ਹੋਏ ਵਿਖਾਈ ਦੇ ਰਹੇ ਹਨ। ਦੱਸਿਆ ਜਾ ਰਿਹਾ ਕਿ ਇਸ ਸਾਈਬਰ ਠੱਗੀ ਦੇ ਪਿੱਛੇ ਜੋ ਮਾਸਟਰ ਮਾਈਂਡ ਸੀ ਉਹ ਮੁਕਤਸਰ ਸਾਹਿਬ ਦਾ ਦੱਸਿਆ ਜਾ ਰਿਹਾ, ਜਿਸ ਦੀ ਭਾਲ ਕਰਦੀ ਹੋਈ ਪੰਚਕੂਲਾ ਪੁਲਿਸ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੀ ਹੈ ਅਤੇ ਇਸ ਕੇਸ ਦੇ ਵਿੱਚ ਪੁਲਿਸ ਵੱਲੋਂ ਹੁਣ ਤੱਕ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਵੀ ਇੱਕ ਮਹਿਲਾ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਔਰ ਇੱਥੋਂ ਤੱਕ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਜਿਸ ਸ਼ਖਸ ਦੇ ਵੱਲੋਂ ਇਸ ਸਾਰੇ ਪਲਾਨ ਨੂੰ ਬਣਾਇਆ ਗਿਆ ਅਤੇ ਠੱਗੀ ਦਾ ਇੱਕ ਰੂਟ ਮੈਪ ਤਿਆਰ ਕੀਤਾ ਗਿਆ, ਉਸ ਦੇ ਵੱਲੋਂ ਇੱਕੋ ਦਿਨ ਦੇ ਵਿੱਚ 8 ਮੋਬਾਈਲ ਸਿਮ ਖਰੀਦੇ ਗਏ ਸੀ ਅਤੇ ਵੱਖ ਵੱਖ ਬੈਂਕਾਂ ਦੇ ਵਿੱਚ ਉਸ ਦੇ ਵੱਲੋਂ ਖਾਤੇ ਵੀ ਖੋਲ੍ਹੇ ਗਏ ਸੀ ਅਤੇ ਪੂਰੇ ਇੱਕ ਪਲੈਨਡ ਤਰੀਕੇ ਦੇ ਨਾਲ ਉਸ ਵੱਲੋਂ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਔਰ ਇਸ ਠੱਗੀ ਦੇ ਚੱਲਦਿਆਂ ਫੌਜੀ ਤੋਂ ਉਸ ਦੇ ਕੋਲੋਂ 84 ਲੱਖ ਰੁਪਏ ਦੀ ਜੋ ਠੱਗੀ ਹੈ ਉਹ ਕੀਤੀ ਗਈ ਸੀ। ਫਿਲਹਾਲ ਪੁਲਿਸ ਨੂੰ ਹਜੇ ਇਹ ਵੀ ਸ਼ੱਕ ਹੈ ਕਿ ਇਸ ਦੇ ਤਾੜ ਹੋਰ ਜਗ੍ਹਾ 'ਤੇ ਵੀ ਜੁੜੇ ਹੋ ਸਕਦੇ ਨੇ, ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਜੋ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਵਿੱਚ ਇੱਕ ਨਿੱਜੀ ਬੈਂਕ ਦਾ ਮੈਨੇਜਰ ਵੀ ਪੁਲਿਸ ਦੀ ਰਡਾਰ 'ਤੇ ਹੈ ਅਤੇ ਫਿਲਹਾਲ ਪੁਲਿਸ ਦੇ ਵੱਲੋਂ ਵੱਖ ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜੋ ਇਸ ਮਾਮਲੇ ਦੇ ਦੋਸ਼ੀ ਨੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਮੁਕਤਸਰ ਮੇਂ ਸੇ ਹਮੇ ਮੁਕੇਸ਼ ਜੋ ਹਮਨੇ ਅਕਿਊਜ਼ਡ ਕੋ ਅਰੈਸਟ ਕੀਆ ਥਾ, ਮੁਕੇਸ਼ ਨੇ ਅਬ ਜਿਸਕਾ ਖਾਤਾ ਖੋਲਾ ਥਾ ਸੁਮਨ ਰਾਣੀ ਵਾਈਫ ਆਫ ਜਗਜੀਤ ਹੈ, ਉਸਕੋ ਹਮਨੇ ਆਜ ਅਰੈਸਟ ਕੀਆ ਹੈ। ਅਰੈਸਟ ਕਰਕੇ ਰਿਮਾਂਡ ਲਿਆ ਉਸਕਾ 2 ਦਿਨ ਕਾ। ਅਭੀ ਸੁਮਨ ਕੀ ਹਮਨੇ ਘਰ ਸੇ 3000 ਰੁਪਿਆ ਜੋ ਉਸਕੋ ਕਮਿਸ਼ਨ ਮਿਲੀ ਥੀ ਵੋ ਬਰਾਮਦਗੀ ਕਰੀ ਹੈ BNS ਕੇ ਤਹਿਤ ਜੋ ਨਏ ਕਾਨੂੰਨ ਆਏ ਹੈ। ਔਰ ਜਹਾਂ ਸੇ ਇਸਨੇ ਸਿਮ ਖਰੀਦਾ ਥਾ ਵਹਾਂ ਜਾ ਕੇ ਹਮਨੇ ਪੂਛਤਾਛ ਕਰੀ ਹੈ ਸਿਮ ਵਾਲੇ ਸੇ, ਔਰ ਵਹਾਂ ਜਾ ਕੇ ਹਮੇ ਪਤਾ ਚਲਾ ਕਿ ਮੁਕੇਸ਼ ਨੇ 8 ਸਿਮ ਇੱਕ ਦਿਨ ਕੇ ਅੰਦਰ ਖਰੀਦੇ ਹੈ। ਔਰ ਅਭੀ ਮੋਬਾਈਲ ਵਾਲਾ ਕੋਈ ਵੀ ਇਸਕੇ ਬਾਰੇ ਮੇਂ ਰਿਕਾਰਡ ਨਹੀਂ ਦੇ ਪਾਇਆ, ਉਸਕੋ ਥਾਣੇ ਮੇਂ ਬੁਲਾਇਆ ਹੈ। ਔਰ ਜੇ 8 ਕੇ 8 ਸਿਮ ਹੈ, ਜੇ ਸਾਰੇ ਰੋਪਾਨਾ ਬ੍ਰਾਂਚ ਕੇ ਅੰਦਰ ਜੋ ਅਕਾਊਂਟ ਖੁੱਲੇ ਹੈ ਜਿਨਕੇ ਉੱਪਰ ਕੈਸ਼ ਵਿਦਡਰਾਅ ਹੁਆ ਹੈ, ਔਰ ਇਸਕੀ ਆਲ ਇੰਡੀਆ ਮੇਂ 8 ਕੰਪਲੇਂਟਸ ਹੈ, ਉਹ ਸਾਰੇ ਉਸਕੇ ਸਾਥ ਲਿੰਕਡ ਹੈ। ਓਕੇ, ਕਿਤਨੇ ਕਾ ਆਪਕੋ ਲਗਤਾ ਹੈ ਮੁਕਤਸਰ ਮੇਂ ਕਿਤਨੇ ਕੀ ਅਭੀ ਤੱਕ ਹੋਈ ਹੈ? ਰੋਪਾਨਾ ਬ੍ਰਾਂਚ ਹਮਾਰੇ ਪਤਾ ਚੱਲ ਰਿਹਾ ਰੋਪਾਨਾ ਮੇਂ 1 ਕਰੋੜ ਰੁਪਿਆ ਨਿਕਲਾ ਹੈ 15 ਦਿਨ ਕੇ ਅੰਦਰ। ਓਕੇ, ਕੁਛ ਹੋਰ ਵੀ ਰਡਾਰ ਪਿਆ ਮੁਕਤਸਰ ਕੇ ਬੈਂਕ ਕੁਛ ਹੋਰੋਂ ਮੇਂ ਵੀ ਹੁਆ ਲਗਤਾ ਹੈ? ਹਾਂ ਜੀ, ਮੈਂ ਸੁਣਨੇ ਮੇਂ ਆਇਆ ਵੀ ਕੁਛ ਹੋਰ ਵੀ ਬੈਂਕ ਇਨਵੋਲਵ ਹੈ, ਪਰ ਹਮਾਰੇ ਮੁਕਦਮੇ ਸੇ ਸੰਬੰਧਿਤ ਤੋ ਯਹੀ ਬਾਤ ਹੈ, ਉਸਕੀ ਹਮ ਤਫਤੀਸ਼ ਕਰ ਰਹੇ ਹੈਂ ਔਰ ਕਾਰਤਿਕ ਹੈ ਉਸਕੋ ਪਕੜਨੇ ਕੇ ਲਿਏ ਹਮ ਪ੍ਰਯਾਸ ਕਰ ਰਹੇ ਹੈਂ। ਇਹ ਕਾਰਤਿਕ ਜੋ ਥਾ ਯੇ ਵੀ ਮੁਕਤਸਰ ਸੇ ਸੰਬੰਧਿਤ ਹੈ? ਕਾਰਤਿਕ ਮੁਕਤਸਰ ਸੇ ਹੈ, ਜੇ ਮੁਕੇਸ਼ ਕਾ ਬਿਲਕੁਲ ਉਹ ਹੈ, ਮੁਕੇਸ਼ ਕੇ ਸਾਥ ਯੇ ਜੋ ਫਰਜੀ CBI ਵਾਲੇ ਬਣਾਤੇ ਹੈਂ ਓਕੇ ਜੋ ਬਣਤੇ ਹੈਂ ਵੋ ਸਾਰੇ ਕਾਰਤਿਕ ਅਰੇਂਜ ਕਰਤਾ ਹੈ ਬੰਦੇ। ਓਕੇ, ਔਰ ਫਰਜੀ CBI ਵਾਲੇ ਬਣ ਕੇ ਕਿਆ ਕਰਤੇ ਕਿਆ ਹੈ? ਫਰਜੀ ਡਾਕੂਮੈਂਟ ਭੇਜ ਕੇ ਜੋ ਸ਼ਰੀਫ ਲੋਗ ਹੈ ਉਨਕੋ ਭੇਜਦੇ ਹੈ, ਡਰਾਈਵਰ ਭੇਜਦੇ ਹੈ ਕਿ ਹਮ ਪੁਲਿਸ ਸੇ ਬੋਲ ਰਹੇ ਹੈਂ ਔਰ ਹਮ ਆਪਕੋ ਐਸੇ ਅਰੈਸਟ ਕਰ ਰਹੇ ਹੈਂ ਯੇ ਵੋ, ਉਸਕੇ ਬਾਅਦ ਜੋ ਉਨਕੀ ਜਮਾ ਪੂੰਜੀ ਹੋਤੀ ਹੈ ਉਨਕੋ ਖਾਤੋਂ ਮੇਂ ਟ੍ਰਾਂਸਫਰ ਕਰਤੇ ਹੈਂ। ਇਨੀਸ਼ਲੀ ਯੇ ਪੈਸਾ ਬੰਬੇ ਮੇਂ ਪਤਾ ਲਗਾ ਹੈ, ਨਹੀਂ ਮੁੰਬਈ ਮੇਂ IDFC ਬ੍ਰਾਂਚ ਮੇਂ ਗਿਆ ਥਾ ਔਰ ਵਹਾਂ ਸੇ ਯੇ ਜੋ ਸੁਮਨ ਲੜਕੀ ਹੈ ਇਸਕੇ ਅਕਾਊਂਟ ਮੇਂ ਟ੍ਰਾਂਸਫਰ ਹੋਇਆ। ਓਕੇ, ਯੇ ਸੇਮ ਕਾਂਡ ਚ ਬੋਲ ਰਹੇ ਉਸ ਵਾਲ ਕੇ ਸਾਥ ਹੁਆ ਵੈਸਾ ਹੀ ਹੈ ਸਭ ਕੁਛ? ਹਾਂ ਸੇਮ, ਮੋਡਸ ਆਪਰੈਂਡੀ ਸੇਮ ਹੈ। ਓ ਬਿਲਕੁਲ ਸੇਮ ਹੈ, ਕਾਰਤਿਕ ਇਸ ਦੀ ਮਾਸਟਰ ਮਾਈਂਡ ਦੇ। ਓਕੇ, ਉਹ ਜੋ ਮੁਕਤਸਰ ਕੇ ਰਹਿਣ ਵਾਲਾ ਹੈ? ਮੁਕਤਸਰ ਕੇ ਰਹਿਣ ਵਾਲਾ ਅਕਾਊਂਟ ਹੋਗਾ ਉਹ? ਅਭੀ ਤੱਕ ਮਿਲਾ ਆਪਕੋ? ਨਹੀਂ ਮਿਲਾ ਨਹੀਂ, ਹਮ ਰੇਡ ਕਰੇਂਗੇ, ਕੋਸ਼ਿਸ਼ ਕਰ ਰਹੇ ਹੈ ਉਸਕੀ, ਫੋਨ ਸਵਿਚ ਆਫ ਆ ਰਹਾ। ਓਕੇ।